Hey guys, subscribe and press the bell icon to never miss a video from Gabru. दोस्ती दा रिश्ता सारे ही रिश्तियां नालों वध अजीज़ अते दिल दे करीब दा हुंदा है। जिन्ने भी लड़ाई झगड़े हो जाण इस रिश्ते विच, पर इस रिश्ते दा अंत हमेशा प्यार ही हुंदा है। सो इस तरह जिवें बाकी रिश्तियां दे लई एक दिन मनाया जांदा है, उस तरह ही मनाया जांदा है दोस्ती दा दिन, यानी कि 5 अगस्त, जो कि कल बड़ी ही धूमधाम दे नाल पूरे वर्ल्ड दे विच सैलीब्रेट कीता गया। ते इस तरह साडे इंडस्ट्री दे कलाकार किवें पिछे रह सकदे सी, उन्हां ने भी अपने अपने ढंग दे नाल अपने खास ਖਾਸ ਦੋਸਤਾਂ ਨੂੰ ਮੁਬਾਰਕਬਾਦ ਕੁਝ ਇਸ ਤਰ੍ਹਾਂ ਦਿੱਤੀ। ਸਾਡੀ ਪੰਜਾਬੀ ਇੰਡਸਟਰੀ ਦੇ ਦੋ ਸੁਪਰਸਟਾਰ ਯਾਨੀ ਕਿ ਬੱਬਲ ਰਾਏ ਅਤੇ ਜੱਸੀ ਗਿੱਲ, ਜਿਨ੍ਹਾਂ ਦੀ ਦੋਸਤੀ ਤੋਂ ਤਾਂ ਅਸੀਂ ਸਾਰੇ ਹੀ ਵਾਕਿਫ ਹਾਂ, ਉਹਨਾਂ ਦੋਹਾਂ ਨੇ ਵੀ ਇੱਕ ਦੂਸਰੇ ਨੂੰ ਦੋਸਤੀ ਦਿਵਸ ਮੁਬਾਰਕ ਕੁਝ ਇਸ ਤਰ੍ਹਾਂ ਕਿਹਾ। ਸੋ ਹਾਏ, ਮੇਰੀ ਲਾਈਫ ਦੇ ਵਿੱਚ ਮੇਰੇ ਦੋਸਤਾਂ ਦਾ ਬਹੁਤ ਵੱਡਾ ਹੱਥ ਆ, ਚਾਹੇ ਉਹ ਮੇਰੀ ਸਟਰਗਲ ਹੋਵੇ, ਹੁਣ ਤੱਕ ਦੀ ਜਰਨੀ ਹੋਵੇ, ਹਰ ਬੰਦੇ ਦੀ ਲਾਈਫ 'ਚ ਹੁੰਦਾ। ਸੋ ਇਹ ਚੋਕਲੇਟ ਕੈਡਬਰੀ ਡੈਰੀ ਮਿਲਕ ਟ੍ਰੋਪੀਕਲ ਮੈਂਗੋ, ਇਹ ਮੈਂ ਆਪਣੇ ਉਸ ਦੋਸਤ ਨੂੰ ਦੇਣਾ ਚਾਹੁੰਦਾ ਜਿਹੜਾ ਕਿ ਹਰ ਚੰਗੇ ਮਾੜੇ ਟਾਈਮ ਦੇ ਵਿੱਚ ਮੇਰੇ ਨਾਲ ਖੜਿਆ, ਜਿਹੜਾ ਕਿ ਬੱਬਲ। ਸੋ ਇਹ ਚੋਕਲੇਟ ਮੈਂ ਦੇਣਾ ਚਾਹ ਰਿਹਾ ਮੇਰੇ ਦੋਸਤ ਬੱਬਲ ਨੂੰ, ਜਿਹਨੇ ਮੈਨੂੰ ਹਰ ਜਗ੍ਹਾ 'ਤੇ ਸਪੋਰਟ ਕੀਤੀ ਆ। ਸੋ ਥੈਂਕਸ ਯਾਰ ਬੱਬਲ, ਥੈਂਕ ਯੂ ਬੱਬਲ। ਜੱਸੀ ਗਿੱਲ ਜੀ ਦੀ ਇਸ ਦੋਸਤੀ ਦਿਵਸ ਵਾਲੀ ਵੀਡੀਓ ਦੇ ਉੱਤੇ ਬੱਬਲ ਰਾਏ ਜੀ ਨੇ ਕਮੈਂਟ ਕਰਦੇ ਹੋਏ ਕੁਝ ਇਹ ਕਿਹਾ, ਯੂ ਬੈਟਰ ਸੈਂਡ ਮੀ ਦ ਪੇ ਚੈੱਕ ਆਫ ਦਿਸ ਐਡਮਿਟ, ਬਟ ਥੈਂਕਸ ਐਨੀਵੇ, ਆਈ ਵਿਲ ਲਵ ਟੂ ਈਟ ਇਟ ਟੂ ਬ੍ਰੋ, ਹੈਪੀ ਫਰੈਂਡਸ਼ਿਪ ਡੇ। ਇਸ ਦੇ ਨਾਲ ਹੀ ਜੱਸੀ ਗਿੱਲ ਜੀ ਨੇ ਬੱਬਲ ਰਾਏ ਜੀ ਦੇ ਇਸ ਕਮੈਂਟ ਦਾ ਰਿਪਲਾਈ ਕਰਦੇ ਹੋਏ ਕਿਹਾ, ਆਪਣਾ ਵੰਡਿਆ ਕੁਝ ਅਜਿਹੇ 100 ਪੇ ਚੈੱਕ ਵਾਰਦਾ ਆਪਣੀ ਯਾਰੀ ਤੋਂ। ਸੋ ਵਾਕਿਆ ਹੀ ਜੀ, ਦੋਵਾਂ ਦੀ ਦੋਸਤੀ ਤੋਂ ਅਸੀਂ ਵੀ ਵਾਰੇ ਵਾਰੇ ਜਾਂਦੇ ਹਾਂ, ਅਤੇ ਇਹੀ ਦੁਆ ਕਰਦੇ ਹਾਂ ਕਿ ਇਸ ਤਰ੍ਹਾਂ ਇਹਨਾਂ ਸਾਰੇ ਆਰਟਿਸਟਾਂ ਦੀ ਦੋਸਤੀ ਬਣੀ ਰਹੇ, ਅਤੇ ਅਸੀਂ ਵੀ ਤੁਹਾਨੂੰ ਸਭ ਨੂੰ ਦੋਸਤੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਅਤੇ ਅਜਿਹੀਆਂ ਲੇਟੈਸਟ ਅਪਡੇਟਸ ਜਾਣਨ ਦੇ ਲਈ ਤੁਸੀਂ ਸਾਡੇ ਨਾਲ ਦੋਸਤੀ ਬਣਾਏ ਰੱਖੋ, ਯਾਨੀ ਕਿ ਤੁਸੀਂ ਸਬਸਕ੍ਰਾਈਬ ਕਰ ਲਓ ਸਾਡਾ ਯੂਟਿਊਬ ਚੈਨਲ gabru.com, ਅਤੇ ਇਸ ਦੇ ਨਾਲ ਹੀ ਬੈੱਲ ਆਈਕੋਨ ਨੂੰ ਜ਼ਰੂਰ ਦਬਾਉਣਾ, ਤਾਂ ਕਿ ਤੁਹਾਨੂੰ ਸਾਡੀ ਨਿਊਜ਼ ਦੀ ਅਪਡੇਟ ਸਭ ਤੋਂ ਪਹਿਲਾਂ ਮਿਲਦੀ ਰਹੇ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।